सब्सक्राइब करें न्यूज 89 चैनल को और बेल आइकन दबाना ना भूलें सबसे तेज सबसे पहले खबरें देखने के लिए। धन्यवाद। अकाली भाजपा सरकार के समय में आम जनता को अपने सरकारी काम करवाने के लिए इधर उधर ना भागकर एक ही जगह पर उनके काम आसानी से हो जाएं, इसलिए पूरे पंजाब में सेवा केंद्रों को खोला गया था। इन सेवा केंद्रों का सच कुछ और ही है, क्योंकि कुछ सेवा केंद्रों में आजकल बिजली का बिल ना भरे जाने के कारण यहां पर बिजली विभाग द्वारा कनेक्शनों को काट दिया गया है, जिसके कारण आम जनता के काम यानी सेवा केंद्रों की सेवाएं पूरी तरह ठप पड़ी हैं और लोगों को अपना काम करवाने के लिए इधर उधर भागना पड़ रहा है। इस बात का सच जानने के लिए आज न्यूज 89 की टीम राजपुरा के गुरुद्वारा रोड पर लाइब्रेरी में बने सेवा केंद्र में पहुंच गई, जहां हमने देखा कि इन सेवा केंद्रों में लोगों को सेवा देने वाले अधिकारी या तो सेवा केंद्र के बाहर खड़े हुए नजर आए या फिर सेवा केंद्र में बैठ लोगों को बिजली कनेक्शन कटने की जानकारी देते हुए नजर आए। हमने यहां पर देखा कि सेवा केंद्र के कंप्यूटर, पंखे, लाइटें, एसी आदि भी अपनी बदहाली पर रोते हुए यानी बंद पड़े नजर आए। जब यहां पर अपने काम करवाने के लिए परेशान सेवा केंद्र के चक्कर लगा रहे लोगों से उनकी परेशानी के बारे में पूछा गया तो उन्होंने न्यूज 89 से बात करते हुए क्या कहा, आइए आपको सुनाते हैं सेवा केंद्र में परेशान होते लोगों की जुबानी। इंद्र जी, ਤੁਹਾਨੂੰ ਕਿੰਨੇ ਦਿਨ ਹੋ ਗਏ ਉਰੇ ਆਉਂਦੇ ਨੂੰ ਤੇ ਕੀ ਕੰਮ ਸੀ ਤੁਹਾਡਾ? ਮੇਰੇ ਨਾਲ ਇੱਕ ਕੁੜੀਆ ਦਾ ਚਲੋ ਸਰਟੀਫਿਕੇਟ ਲੈਣ ਆਇਆ ਸੀ ਤੇ ਤੀਜਾ ਦਿਨ ਆਇਆ ਆਪਣਾ ਅੱਜ ਤੇ ਕੀ ਕਹਿੰਦੇ ਆ ਜਦ ਤੁਸੀਂ ਆਉਂਦੇ ਉਰੇ? ਇਹ ਕਹਿੰਦੇ ਆ ਜੀ ਇੱਥੇ ਨਾ ਲਾਈਟ ਦਾ ਕੱਟ ਲਾਈਟ ਕੱਟ ਹੋਈ ਹੈ ਜੀ। ਕਿੰਨੇ ਦਿਨ ਹੋ ਗਏ ਲਾਈਟ ਕੱਟ ਨੂੰ? ਤੀਜਾ ਦਿਨ ਇੱਥੇ ਆਉਂਦੇ ਨੇ ਜੀ ਤੇ ਅੱਜ ਵੀ ਮੈਨੂੰ ਲੱਗਦਾ ਤੁਹਾਡਾ ਕੰਮ ਨਹੀਂ ਹੋਣਾ ਕਿਉਂਕਿ ਅੱਜ ਵੀ ਲਾਈਟ ਨਹੀਂ ਆਈ। ਹਾਂਜੀ ਕੀ ਕੀ ਅਪੀਲ ਕਰਦੇ ਹੋ ਪੰਜਾਬ ਸਰਕਾਰ ਨੂੰ ਜਿਨ੍ਹਾਂ ਨੇ ਤੁਹਾਡੇ ਵਾਸਤੇ ਸੇਵਾ ਕੇਂਦਰ ਬਣਾਏ ਸੀਗੇ? ਆਪਾਂ ਇਹ ਅਪੀਲ ਕਰਦੇ ਆ ਜੀ ਤੇ ਆਮ ਜਨਤਾ ਦਾ ਕੰਮ ਹੋਣਾ ਚਾਹੀਦਾ ਜੀ। ਠੀਕ ਹੈ ਜੀ। ਆਪਣਾ ਇਸ਼ੂ ਨਾਮ ਬਾਰੇ? ਇਸ਼ੂ ਜੀ ਕਿਸ ਕੰਮ ਆਏ ਸੀ ਤੁਸੀਂ? ਮੈਂ ਆਧਾਰ ਕਾਰਡ ਦੇ ਕੰਮ ਆਇਆ ਸੀ। ਤੇ ਬਣ ਗਿਆ ਤੁਹਾਡਾ ਆਧਾਰ ਕਾਰਡ? ਕੀ ਕਹਿੰਦੇ ਇਹ? ਲਾਈਟ ਬਿਜਲੀ ਕੱਟੀ ਹੋਈ ਹੈ ਜੀ। ਤੁਸੀਂ ਪੁੱਛਿਆ ਨਹੀਂ ਕਿਉਂ ਕੱਟੀ ਹੋਈ ਹੈ ਬਿਜਲੀ? ਨਾ ਮੈਂ ਪੁੱਛਿਆ, ਕਹਿੰਦੇ ਪਿੱਛੋਂ ਲਾਈਟ ਬੰਦ। ਤੇ ਹੁਣ ਤੁਹਾਨੂੰ ਕਿੰਨੇ ਕੁ ਜ਼ਰੂਰੀ ਸੀਗਾ ਇਹ ਆਧਾਰ ਕਾਰਡ? ਕੀ ਜ਼ਰੂਰੀ ਸੀਗਾ ਜੀ, ਪੈਂਡਿੰਗ ਹੈ ਸਾਰਾ ਕੰਮ। ਕੀ ਪੰਜਾਬ ਸਰਕਾਰ ਨੂੰ ਵੀ ਉਹ ਕਰਦੇ ਹੋ ਅਪੀਲ ਕਰਦੇ? ਉਮੀਦ ਤਾਂ ਕੁਛ ਹੀ ਨਹੀਂ ਕਰੀ ਵੀ ਹੁਣ ਇਹਨਾਂ ਤੋਂ। ਅਪੀਲ ਕੀ ਕਰਦੇ ਹੋ? ਅਪੀਲ ਕੀ ਬਸ ਕਿ ਕੰਮ ਜਨਤਾ ਦੇ ਰੁਕੇ ਵੇ, ਸਾਰੇ ਕੰਮ ਰੁਕੇ ਵੇ, ਆਧਾਰ ਕਾਰਡ ਹੋਈ ਨਹੀਂ ਰਹੇ ਅਪਲਾਈ। ਹਰ ਮਹੀਨਾ ਹੋ ਗਿਆ ਆਧਾਰ ਕਾਰਡ ਨੂੰ ਅਪਲਾਈ ਹੋਈ ਨੂੰ। ਠੀਕ ਹੈ ਜੀ। ਕਿੰਨੇ ਚੱਕਰ ਮਾਰ ਚੁੱਕੇ ਹੋ? ਤੀਸਰਾ ਚੌਥਾ ਚੱਕਰ ਹੈ। ਮੇਰਾ ਨਾਮ ਨਾਨਕ ਜੀ। ਨਾਨਕ ਜੀ ਤੁਹਾਨੂੰ ਕਿੱਥੋਂ ਆਏ ਤੁਸੀਂ? ਮੈਂ ਸਲੇਡੀ ਤੋਂ ਆਇਆ। ਤੇ ਪਿੰਡ ਵਾਲੇ ਦਾ ਸੇਵਾ ਕੇਂਦਰ ਬੰਦ ਹੋ ਗਏ? ਹਾਂਜੀ। ਤੇ ਇਹ ਚੱਲ ਰਿਹਾ ਸੀਗਾ ਤੇ ਤੁਸੀਂ ਉਰੇ ਕੀ ਅਪਲਾਈ ਕੀਤਾ ਸੀਗਾ? ਜਨਮ ਸਰਟੀਫਿਕੇਟ ਸੀ ਬੱਚੇ ਦਾ। ਤੇ ਕਿੰਨੇ ਦਿਨ ਹੋ ਗਏ? ਹਫ਼ਤਾ। ਤੇ ਮਿਲ ਗਿਆ ਤੁਹਾਨੂੰ? ਨਹੀਂ। ਕੀ ਕਹਿੰਦੇ ਆ ਇਹ? ਕਹਿੰਦੇ ਲਾਈਟ ਨਹੀਂ ਹੈ ਜੀ, ਸਿਸਟਮ ਚੱਲਦਾ। ਤੇ ਤੁਸੀਂ ਪੁੱਛਿਆ ਨਹੀਂ ਵੀ ਲਾਈਟ ਕਿਉਂ ਨਹੀਂ ਹੈ? ਬਾਕੀ ਤਾਂ ਸਾਰੀ ਜਗ੍ਹਾ ਹੈਗੀ ਨੇੜੇ ਤੇੜੇ ਲਾਈਟ? ਪਤਾ ਨਹੀਂ, ਕਹਿੰਦੇ ਕਨੈਕਸ਼ਨ ਨਹੀਂ ਚੱਲਦਾ ਰਿਹਾ। ਕਨੈਕਸ਼ਨ ਨਹੀਂ ਚੱਲ ਰਿਹਾ। ਤੇ ਕੀ ਅਪੀਲ ਕਰਨਾ ਚਾਹੋਗੇ ਪੰਜਾਬ ਸਰਕਾਰ ਨੂੰ? ਇਹਨਾਂ ਦਾ ਬਿਜਲੀ ਮੀਟਰ ਕਟਿਆ ਹੋਇਆ, ਬਿਜਲੀ ਦਾ ਬਿੱਲ ਨਹੀਂ ਭਰਿਆ ਇਹਨਾਂ ਨੇ। ਪੰਜਾਬ ਸਰਕਾਰ ਨੂੰ ਇਹੀ ਅਪੀਲ ਕਰਨਾ ਹੈ ਕਿ ਇਹਨਾਂ ਦਾ ਬਿੱਲ ਭਰੋ, ਇਹਨਾਂ ਦੇ ਚੱਲਦਾ ਕਰੋ। ਠੀਕ ਹੈ ਜੀ। ਰੋਜ ਜੀ ਕਹਾਂ ਸੇ ਆਏ ਆਪ? ਰਾਜਪੁਰਾ ਸੇ ਲੋਕਲ ਸੇ। ਕਿਤਨੇ ਦਿਨ ਹੋ ਗਏ ਆਪਕੋ ਇਹ ਕਿਆ ਬੰਨੇ ਦਿਆ ਥਾ ਆਪਨੇ? ਮੈਂ ਕਮ ਸੇ ਕਮ ਹਫਤਾ ਹੋ ਗਿਆ ਚੱਕਰ ਲਗਾ ਰਹਾ ਹੂੰ। ਪਹਿਲੇ ਇਸ਼ੂ ਕੇ ਕੰਪਿਊਟਰ ਮੇ ਪ੍ਰੋਬਲਮ ਆ ਰਹੀ ਥੀ। ਠੀਕ ਹੈ। ਉਸ ਕੇ ਬਾਅਦ ਕੰਪਿਊਟਰ ਇਨਕਾ ਠੀਕ ਹੋਆ ਤੋ ਫਿਰ ਲਾਈਟਿੰਗ ਚਲੀ ਗਈ ਜੀ। ਇਹਨਾਂ ਨੇ ਬੋਲਾ ਕਨੈਕਸ਼ਨ ਨਹੀਂ ਆ ਰਹਾ। ਠੀਕ ਹੈ ਜੀ। ਤੋ ਮੈਨੇ ਕਹਾ ਵੀ ਕਬ ਆਇਆ ਤੇ ਤਾਂ ਲੱਗ ਜਾਏਗਾ, ਹਫਤਾ 10 ਦਿਨ ਲੱਗ ਜਾਣਗੇ। ਠੀਕ ਹੈ ਜੀ। ਅੱਜ ਆਪ ਕਿਤਨੇ ਦਿਨ ਬਾਅਦ ਆਏ ਹੋ? ਮੈਂ 3 ਦਿਨ ਬਾਅਦ ਆਇਆ। ਕੀ ਕਹਾ ਇਹਨਾਂ ਨੇ? ਅਭੀ ਵੀ ਕੋਈ ਪ੍ਰੋਬਲਮ ਹੈ ਕਨੈਕਸ਼ਨ ਨਹੀਂ। क्या पंजाब सरकार से क्या आप अपील करना चाहते हैं? सर ये सरकारी है तो मेरे हिसाब से यहाँ पे काम जो भी है एडवांस होना चाहिए। ठीक तो है। यहाँ पे ये उल्टा प्रॉब्लम आ रही है तो बात क्या होगा? कितने दिन हो गए आपको परेशान होते हुए? ये मेरे को 15-20 दिन टोटल हो गए हैं। तो यहाँ पे चक्कर लगाते हफ्ता 10 दिन हो गए। अब आपको सुनाते हैं लाइब्रेरी में बने सेवा केंद्र के इंचार्ज श्री हितेश जी से, जो बिजली के मीटर के कटने की पुष्टि तो कर ही रहे हैं, वह सेवा केंद्र में काम करने वाले कर्मचारियों को पिछले 5 महीनों से वेतन ना मिलने की बात करते हुए क्या कहते हैं आपको सुनाते हैं। ऐसी सेवा केंद्र लाइब्रेरी बनाया हुआ, जेड़ा लाइब्रेरी सेवा केंद्र बनाया हुआ, सवेर तो टीम न्यूज 89 दी आई हुई है। ਤੇ ਉਰੇ ਅਸੀਂ ਦੇਖ ਰਹੇ ਹਾਂ ਲੋਕ ਬਹੁਤ ਪਰੇਸ਼ਾਨ ਹੋ ਰਹੇ ਹੈ, ਤੁਹਾਡੀ ਲਾਈਟ ਬੰਦ ਹੈ ਸਵੇਰ ਦੀ, ਨੇੜੇ ਤੇੜੇ ਸਾਰੀ ਲਾਈਟ ਹੈ, ਇਹਦੀ ਕੀ ਵਜ੍ਹਾ ਹੈ, ਕਿਉਂ ਲਾਈਟ ਬੰਦ ਹੈ, ਕਿਉਂ ਲੋਕ ਇੰਨੇ ਪਰੇਸ਼ਾਨ ਹੋ ਰਹੇ? ਇੱਥੇ ਅਸਾਂ ਚ ਲਾਸਟ ਫਰਾਈਡੇ ਬਿਜਲੀ ਬੋਰਡ ਤੋਂ ਆਏ ਸੀਗੇ ਡਿਪਾਰਟਮੈਂਟ ਤੋਂ, ਉਹ ਕਨੈਕਸ਼ਨ ਕੱਟ ਕਰਕੇ ਚਲੇ ਗਏ ਸੀ। ਉਹਨਾਂ ਨੇ ਦੱਸਿਆ ਸੀ ਤੁਹਾਡੇ ਲਾਇਬ੍ਰੇਰੀ ਦਾ ਅਪਰੋਕਸੀਮੇਟ 1,90,000 ਬਿੱਲ ਪੈਂਡਿੰਗ ਹੈ ਤੇ ਉਹ ਨਾ ਭਰਨ ਕਰਕੇ ਅਸੀਂ ਕਨੈਕਸ਼ਨ ਕੱਟ ਰਹੇ। ਲਾਇਬ੍ਰੇਰੀ ਦਾ ਵੀ ਕਟਿਆ ਹੋਇਆ ਨਾਲ? ਲਾਇਬ੍ਰੇਰੀ ਨਹੀਂ, ਜਸਟ ਇਹ ਸੇਵਾ ਕੇਂਦਰ। ਜਸਟ ਸੇਵਾ ਕੇਂਦਰ? ਸੇਵਾ ਕੇਂਦਰ, ਅੱਛਾ ਅੱਛਾ। ਤਾਂ ਹੀ ਸਿਰਫ ਇੱਥੇ ਹੀ ਬਿਜਲੀ ਵੱਧ ਹੈ, ਅਦਰਵਾਈਜ਼ ਸਾਰੀ ਜਗ੍ਹਾ ਤਾਂ ਹੈ ਹੀ। ਕੀ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਬਿਜਲੀ ਦਾ ਮੀਟਰ ਕੱਟਣ ਨਾਲ? ਮੇਨ ਤਾਂ ਅੱਜ ਕੱਲ੍ਹ ਜਿਵੇਂ ਆਧਾਰ ਕਾਰਡ ਦਾ ਬਹੁਤ ਰਾਜ ਸੀਗਾ, ਐਡਮਿਸ਼ਨ ਲਈ ਬੱਚਿਆਂ ਨੂੰ ਆਧਾਰ ਕਾਰਡ ਚਾਹੀਦਾ, ਦੂਸਰਾ ਬਰਥ ਸਰਟੀਫਿਕੇਟ,
ਇਹ ਦੋ ਤਾਂ ਟੋਪ ਪ੍ਰਾਇਓਰਿਟੀ 'ਤੇ ਹੈ ਜਿਹੜੇ ਮਤਲਬ ਚਾਹੀਦੇ ਸੀਗੇ। ਇਸ ਤੋਂ ਲੋਕ ਜ਼ਿਆਦਾ ਪਰੇਸ਼ਾਨ ਹੋ ਰਹੇ ਕਿਉਂਕਿ ਇਹ ਬਣ ਨਹੀਂ ਰਹੇ। ਹਾਂਜੀ ਹਾਂਜੀ। ਉਸ ਤੋਂ ਇਲਾਵਾ ਤਾਂ ਆਪਣੇ 90+ ਸਰਵਿਸਿਜ਼ ਹੈ, ਥੋੜ੍ਹਾ ਥੋੜ੍ਹਾ ਸਾਰਿਆਂ ਨੂੰ ਪਰੇਸ਼ਾਨੀ ਆ ਰਹੀ ਹੈ ਫਿਰ ਸਰਵਿਸ ਅਕੋਰਡਿੰਗ। ਅਤੇ ਤੁਹਾਨੂੰ ਕੀ ਉਮੀਦ ਹੈਗੀ ਵੀ ਚੱਲ ਜਾਏਗਾ? ਦੇਖੋ ਜੀ, ਸਾਨੂੰ ਉਮੀਦ ਨਹੀਂ ਹੈ ਕਿਉਂਕਿ ਸਾਡੀ ਪਿਛਲੇ 5 ਮਿੰਟ ਤੋਂ ਆਲਰੇਡੀ ਸੈਲਰੀ ਨਹੀਂ ਆ ਰਹੀ। ਸੈਲਰੀ ਤੋਂ ਬਾਅਦ ਹੁਣ ਬਿਜਲੀ ਦੇ ਕਨੈਕਸ਼ਨ ਬੰਦ ਹੋ ਗਏ। ਹੁਣ ਪਤਾ ਨਹੀਂ ਕੰਪਨੀ ਦੀ ਕੀ ਪਲੈਨਿੰਗ ਹੈ ਜਾਂ ਕੀ। ਕਿੰਨੇ ਤੁਹਾਡੇ ਮੁਲਾਜ਼ਮ ਕੰਮ ਕਰਦੇ ਉਰੇ? ਇੱਥੇ ਸਾਡੇ ਸੇਵਾ ਕੇਂਦਰ 'ਚ 4 ਹੈਗੇ, ਅਸੀਂ 3 ਓਪਰੇਟਰ ਅਤੇ 1 ਮੈਂ ਸੁਪਰਵਾਈਜ਼ਰ। ਅਤੇ ਕੀ ਪੇ ਦੀ ਤੁਸੀਂ ਗੱਲ ਕਰੀਏ, ਕੀ ਪਰੇਸ਼ਾਨੀ ਆ ਰਹੀ ਹੈ? ਨਹੀਂ, ਲਾਸਟ 5 ਮੰਥ ਤਾਂ ਸਾਨੂੰ ਤਨਖਾਹ ਵੀ ਨਹੀਂ ਮਿਲੀ। ਅੱਛਾ। ਹਾਂ, ਅਤੇ ਅਸੀਂ ਵਿਦਾਊਟ ਸੈਲਰੀ ਵਰਕ ਕਰ ਰਹੇ ਹਾਂ। ਉਸ ਤੋਂ ਬਾਅਦ ਹੁਣ ਕਨੈਕਸ਼ਨ ਕੱਟੇ ਗਏ, ਮਤਲਬ ਇੰਪਲੋਈ ਤਾਂ ਪਰੇਸ਼ਾਨ ਸੀਗੇ, ਜਨਤਾ ਵੀ ਪਰੇਸ਼ਾਨ ਹੋ ਰਹੀ ਹੈ। ਸਿਰਫ ਬਿੱਲ ਪੇ ਨਾ ਹੋ ਕਰਕੇ ਇਸ ਸਾਰੇ ਮਾਮਲੇ ਕੀ ਗਹਿਰਾਈ ਤੱਕ ਜਾਣੇ ਕੇ ਲਿਏ ਜਬ ਹਮਨੇ ਸੇਵਾ ਕੇਂਦਰ ਕੇ DM ਸਰਦਾਰ ਸੁਰਿੰਦਰ ਸਿੰਘ ਕੋ ਫੋਨ ਮਿਲਾਇਆ ਤੋ ਪਹਿਲੇ ਉਨ੍ਹੋਂਨੇ ਹਮਾਰਾ ਫੋਨ ਉਠਾਨਾ ਠੀਕ ਨਹੀਂ ਸਮਝਾ। ਜਬ ਉਨਕੇ ਬਾਅਦ ਨਿਊਜ਼ 89 ਕੇ ਸੰਪਾਦਕ ਸੰਦੀਪ ਚੌਧਰੀ ਨੇ ਸੇਵਾ ਕੇਂਦਰ ਕੇ ਜੋਨਲ ਇੰਚਾਰਜ ਜੋ ਲੁਧਿਆਣਾ ਮੇ ਤੈਨਾਤ ਹੈ ਕੋ ਫੋਨ ਮਿਲਾਇਆ ਤੋ ਉਨ੍ਹੋਂਨੇ ਹਮਾਰਾ ਫੋਨ ਵੀ ਉਠਾਇਆ, ਬਾਤ ਵੀ ਕੀ ਔਰ ਪਟਿਆਲਾ ਮੇ ਬੈਠੇ DM ਸੁਰਿੰਦਰ ਸਿੰਘ ਕੋ ਲਾਈਨ ਪਰ ਲੇਕਰ ਫੋਨ ਨਾ ਉਠਾਨੇ ਪਰ ਫਟਕਾਰ ਵੀ ਲਗਾਈ। ਆਪ ਆਪਣੇ ਕਾਨੋ ਸੇ ਸੁਨੇ ਕਿ ਕੈਸੇ ਨਿਊਜ਼ 89 ਕੀ ਟੀਮ ਨੇ ਜਨਤਾ ਕੋ ਆ ਰਹੀ ਪਰੇਸ਼ਾਨੀ ਕਾ ਹੱਲ ਨਿਕਾਲਨੇ ਕੇ ਲਿਏ ਕਿਆ ਕਿਆ ਕੀਆ। हेलो गोश जी, नमस्कार, मैं संदीप चौधरी बोल रहा हूँ, मुख्य संपादक न्यूज 89 न्यूज चैनल से। क्या हुआ बोलिए? सर, मैं यहाँ राजपुरा के आपके सेवा केंद्र में खड़ा हूँ जो लाइब्रेरी में है। हाँ। वहाँ पे बिजली ना होने के कारण लोगों को बहुत परेशानी हो रही है, बिजली का बिल नहीं भरा गया है। यहाँ पर लोग बहुत परेशान हो रहे हैं। हमने आपके जो पटियाला में DM है सुरिंदर जी, उनको फोन मिलाया, उन्होंने हमारे चैनल का फोन उठाना ठीक नहीं समझा। आपने हमारा फोन उठाया तो हम आपसे ऑफिशियली एक वर्जन ले रहे हैं जो चैनल पर चलेगा। ये प्रॉब्लम जो है कब तक ठीक हो जाएगा मेरे को तो चेक करने दीजिए। मैं तो अभी पटियाला में नहीं है, मैं अभी जस्ट चंडीगढ़ से लुधियाना आया। ओके, मैं आप लाइन पे रहो, मैं DM को लाइन पे लेता है। सर आप, हाँ, आप DM को लाइन पे लीजिए। आप सुरिंदर लाइन पे है? सुरिंदर बात करो, क्या प्रॉब्लम है? हाँ जी सर। सुरिंदर जी, मैं मुख्य संपादक न्यूज 89 न्यूज चैनल तो बोल रहे हैं। मैं तुम्हें 10 फोन किए हैं, तुम्हें मेरा फोन नहीं चक्या और लोग बहुत परेशान हो रहे हैं। इधर अपना लाइब्रेरी राजपुरा साड़ी टीम खड़ी है और उरे बिजली का मीटर कटिया हुआ है, तो लोग बहुत परेशान हो रहे हैं। तुम साडा फोन चक्या, वे अफसर इन्ने वधिया है वो मेरी तुहानू लाइन ते लैके गल करा रहे हैं, लेकिन तुम साडा फोन चकना ठीक नहीं समझा। ਹੁਣੀ ਆਇਆ ਬਾਹਰ, ਮੈਂ ਉਦੋਂ ਫ੍ਰੀ ਨਹੀਂ ਸੀਗਾ, ਮੈਂ ਹੁਣ ਆਇਆ, ਮੈਂ ਬਾਹਰ ਮੀਟਿੰਗ 'ਚ ਸੀਗਾ ਅੰਦਰ। ਸੁਰਿੰਦਰ, ਇਨਕਾ ਨੰਬਰ ਲੈ ਲਓ। ਹਾਂਜੀ ਸਰ। ਇਨਕੋ ਫੋਨ ਕਰਕੇ ਚੈੱਕ ਕਰਕੇ ਬਤਾ ਦਿਓ ਕਿਆ ਪ੍ਰੋਬਲਮ ਹੈ। ਸਰ ਪਲੀਜ਼, ਇਨਕੋ ਪਤਾ ਹੈ, ਮੈਂ ਇਨਕਾ ਆਫੀਸ਼ਲੀ ਵਰਸ਼ਨ ਦੇ ਰਹਾ ਹੂੰ। ਸੁਰਿੰਦਰ ਜੀ, ਤੁਸੀਂ ਮੈਨੂੰ ਦੱਸੋ ਵੀ ਇਹ ਬਿਜਲੀ ਦਾ ਮੀਟਰ ਕਿਉਂ ਕੱਟਿਆ ਤੇ ਕਿਉਂ ਲੋਕਾਂ ਨੂੰ ਇੰਨਾ ਪਰੇਸ਼ਾਨ ਹੋਣਾ ਪੈ ਰਿਹਾ ਹੈ? ਸਰਕਾਰ ਦੁਆਰਾ ਸੇਵਾਵਾਂ ਦਿੱਤੀਆਂ ਗਈਆਂ। ਸਰ, ਸੇਵਾ ਕੇਂਦਰ 'ਚ ਵਰਕਿੰਗ ਨੇ, ਡੀ ਸਾਈਡ 'ਚ ਅਸੀਂ ਤੇਲ ਪਵਾ ਰਹੇ ਹਾਂ ਰੋਜ਼। ਹਾਂਜੀ ਹਾਂਜੀ, ਚੱਲ ਰਹੇ ਨੇ ਸਾਰੇ ਸੇਵਾ ਕੇਂਦਰ, ਬੰਦ ਤਾਂ ਨਹੀਂ ਹੋਈ ਹੈਗਾ ਸਰ। ਅਸੀਂ ਇਸ ਟਾਈਮ ਸਾਰੇ ਵਰਕਿੰਗ ਨੇ ਸਰ, ਅਸੀਂ ਉਹਦੇ ਖੜੇ ਹਾਂ, ਤੁਹਾਡੇ ਲਾਇਬ੍ਰੇਰੀ ਜਿਹੜਾ ਸੇਵਾ ਕੇਂਦਰ ਬਣਿਆ ਹੋਇਆ ਰਾਜਪੁਰਾ ਨਗਰ ਕੌਂਸਲ 'ਚ, ਉਹ ਸੇਵਾ ਕੇਂਦਰ ਬਿਲਕੁਲ ਬੰਦ ਹੋਇਆ ਹੈ, ਮੁਲਾਜ਼ਮ ਬਾਹਰ ਖੜੇ ਹੈ। ਸਰ, ਇੱਕ ਤੋਂ ਇਹ ਹਮੇ ਇਹ ਹੈ ਵੀ ਯਹਾਂ ਪਰ ਲੋਕ ਪਰੇਸ਼ਾਨ ਹੋ ਰਹੇ, ਲਾਈਨ ਕਟਾ ਹੈ। ਦੂਸਰਾ ਜੋ ਹੈ ਯਹਾਂ ਪਰ ਜੋ ਮੁਲਾਜ਼ਮ ਹੈ ਆਪਕੇ ਰੱਖੇ ਹੋਏ, ਉਨਕੋ ਪਿਛਲੇ 5 ਮਹੀਨੇ ਸੇ ਤਨਖਾਹ ਨਹੀਂ ਮਿਲੀ। ਗਵਰਨਮੈਂਟ ਕਾ ਪਾਸ ਸੇ ਹਮ ਲੋਗ ਕੋ ਫੰਡ ਮਿਲਨੇ ਵਾਲਾ ਹੈ, ਜਬ ਫੰਡ ਮਿਲੇਗਾ ਇਹ ਲੋਗ ਕੋ ਸੈਲਰੀ ਮਿਲੇਗਾ। ਠੀਕ ਹੈ ਸਰ, ਔਰ ਮੀਟਰ ਬਿਜਲੀ ਕਾ ਬਿੱਲ ਕਾ ਕਿਆ ਹੋਗਾ? ਬਿਜਲੀ ਕਾ ਬਿੱਲ ਗਵਰਨਮੈਂਟ ਕਾ ਸਾਈਡ ਸੇ ਕਟਾ ਹੁਆ ਹੈ, ਪੇਮੈਂਟ ਨਹੀਂ ਹੁਆ, ਇਸੀਲੇ ਕੱਟ ਦਿਆ। ਅੱਛਾ, ਪੇਮੈਂਟ ਗਵਰਨਮੈਂਟ ਕਾ ਕਰਨੇ ਕਾ ਹੈ, ਹਮ ਲੋਗ ਕਾ ਸਾਈਡ ਸੇ ਪੈਂਡਿੰਗ ਨਹੀਂ। ਬਿਲਕੁਲ, ਮੈਂ ਤਾਂ ਮੈਂ ਆਪਸੇ ਇੱਕ ਚੀਜ਼ ਹੋਰ ਪੁੱਛਣਾ ਚਾਹਤਾ ਹੂੰ ਵੀ ਜੋ ਆਪਕੇ ਯੇ ਸੁਰਿੰਦਰ ਜੀ ਹੈ, ਯੇ ਬੀਚ ਮੇ ਫੋਨ ਕੋ ਡ੍ਰੌਪ ਕਰ ਗਏ, ਹਮਾਰੇ ਸੇ ਬਾਤ ਵੀ ਨਹੀਂ ਕੀ ਉਨ੍ਹੋਂਨੇ, ਵੀ ਕਿਆ ਬਾਤ? ਉਸਕੋ ਮੈਂ ਫਿਰ ਸੇ ਲਾਈਨ ਮੇ ਲੇਕੇ ਆਪਕਾ ਸਾਹਮਨੇ ਮੈਂ ਉਸਕੋ ਫਾਇਰਿੰਗ ਕਰਤਾ। ਥੈਂਕ ਯੂ। ਹਾਂਜੀ, ਕਰਾਈਏ ਸਰ, ਕਰਾਈਏ। ਯੈਸ ਸਰ, ਜਾਨਾਲੀ ਸਰ ਮੇਰਾ ਸਾਥ ਲਾਈਨ ਪੇ ਹੈ, ਕਭੀ ਵੀ ਹਾਂਜੀ ਸਰ ਆਪਕੋ ਫੋਨ ਕਰ, ਇਸਕਾ ਨੰਬਰ ਲੇ ਲੋ, ਆਪ ਫੋਨ ਉਠਾਓ। ਜਵਾਬ ਦੇਣਾ ਹੈ, ਪਬਲਿਕ ਅਗਰ ਹੈਰਾਸਮੈਂਟ ਹੋਗਾ, ਸਿਟੀਜਨ ਹੈਰਾਸਮੈਂਟ ਹੋਗਾ, ਤੋ ਇਸਕੋ ਤਾਂ ਜਵਾਬ ਦੇਣਾ ਹੈ। ਤੁਮ ਲੋਗ ਫੋਨ ਕਿਉਂ ਨਹੀਂ ਉਠਾਓਗੇ ਯਾਰ? ਨਹੀਂ ਸਰ, ਅਭੀ ਇੱਕ ਆਏ ਥੇ ਮੇਰੇ ਪਾਸ ਦੋ ਤਿੰਨ ਮਿਸ ਕਾਲ, ਮੈਂ ਮਨਾ ਨਹੀਂ ਕਰੂੰਗਾ, ਅਭੀ ਮੈਂ ਥੋੜਾ ਬਿਜ਼ੀ ਥਾ ਮੀਟਿੰਗ ਮੇਂ, ਅਭੀ ਆਇਆ ਹੂੰ ਬਾਹਰ, ਨਹੀਂ ਤੋ ਐਸਾ ਕੋਈ ਪ੍ਰੋਬਲਮ ਨਹੀਂ ਹੈਗਾ, ਉਨ ਪਿੱਕ ਨਾ ਕਰੇ ਹਮ। ਉਸਕਾ ਮਿਸ ਕਾਲ ਦੇਖ ਕੇ ਉਸਕੋ ਕਾਲ ਕਰਨਾ ਚਾਹੀਏ ਨਾ।
अभी सर अभी आया हूँ, अभी आपका फोन आया घर। ऐसा दोबारा नहीं होना चाहिए, उनका नंबर ले लो भाई साहब, आप अपना नंबर दे दो दोबारा। हाँ जी ठीक है, बस बस मेरा तो वर्षन हो जाएगा सुरिंदर जी, गल आएगी थोड़े सेवा केंद्र की, तो मेरा फर्ज बनता थोड़े ना गल करना, ठीक है ना। मैनू अधिकारी तक गल पहुंच चाहिए है, तो तुम मतलब एक कॉल विच ड्रॉप करके मैं पूरी गल का जवाब ही नहीं दिता भी कद तक फिटर लग जाएगा। एंड तो डिस्कनैक्ट हो गया, मेरे एंड तो डिस्कनैक्ट नहीं होगी। नहीं साड़ी तो कॉल थोड़े सर नाल चल रही थी, थोड़ी भी डिस्कनैक्ट होगी, ऐसा कुछ होएगा, डिस्कनैक्ट नहीं होगी सर। ओके चलो सर, सॉरी टू हिम। नहीं थैंक यू सर, नहीं सर नहीं, हम मेरा टीम में कोई बंदा ऐसा नहीं करे, मैं ये एक्सेप्ट नहीं करूंगा। ओके सर, कॉल उठाना चाहिए, कॉल का जवाब देना चाहिए, इसीलिए डिस्ट्रिक्ट मैनेजर है, इसीलिए मैं हूँ, इसीलिए सॉल्व है कंपनी है। ओके सर, हम लोग ऐसा बिहेवियर नहीं होना चाहिए कि किसी का फोन का जवाब नहीं दूंगा। ओके सर, आपका न्यूज 18 चैनल से बात करने के लिए आपका बहुत बहुत धन्यवाद। सुरिंदर जी तुम्हारा भी बहुत बहुत धन्यवाद सर, गल करने वास्ते। ओके सर, ओके ओके ओके, थैंक यू। अब आपने सुना कि सेवा केंद्र के जोनल इंचार्ज व डीएम ने इसका जल्द हल निकालने के लिए व आगे से फोन पर बात करने को लेकर क्या क्या सफाई दी, मगर हम सरकार से ये पूछना चाहते हैं कि जब सरकार जनता को सुविधाएं नहीं दे सकती तो जनता का करोड़ों रुपया ऐसे सेवा केंद्रों पर बर्बाद क्यों किया गया है, क्योंकि सेवा केंद्रों से पहले भी लोगों के सभी काम हो रहे थे जो आज सेवा केंद्र बनने के बाद भी नहीं हो पा रहे हैं। अब सत्ता में कांग्रेस सरकार है और सरकार का फर्ज बनता है कि जनता को कोई परेशानी न आने देना। राजपुरा से कैमरामैन ललित कुमार के साथ मीडिया पर्सन संदीप चौधरी, दिनेश सचदेवा, न्यूज 89। सब्सक्राइब करें न्यूज 89 चैनल को और बेल आइकन दबाना ना भूलें, सबसे तेज सबसे पहले खबरें देखने के लिए धन्यवाद।